ਕਤਲ ਕੇਸ ਚ ਲੋੜੀਂਦਾ ਵਿਅਕਤੀ ਖੁਦ ਹੀ ਪਹੁੰਚਿਆ ਥਾਣੇ, ਢੋਲ ਦੀ ਥਾਪ ਤੇ ਪਾਏ ਭੰਗੜੇ, ਖੁਦ ਨੂੰ ਦੱਸ ਰਿਹਾ ਬੇਅਦਬੀ ਕਰਨ ਵਾਲੇ ਦਾ ਕਾਤਲ। 2018 ਜੇਲ ਚ ਲਾਇਆ ਸੀ ਬੇਅਦਬੀ ਕਰਨ ਵਾਲੇ ਦਾ ਸੌਦਾ। ਪੰਜਾਬ ਚ 2016 ਦੇ ਵਿੱਚ ਬਹੁਤ ਸਾਰੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਖਿਲਾਫ ਧਾਰਾ 295A ਦੇ ਤਹਿਤ ਮਾਮਲੇ ਦਰਜ ਕਰ ਉਹਨਾਂ ਨੂੰ ਜੇਲ੍ਹ ਭਿਜਵਾ ਦਿੱਤਾ ਸੀ। ਇਸੇ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਹ ਬੇਅਦਬੀ 3 ਲੋਕਾਂ ਨੇ ਕੀਤੀ ਸੀ, ਜਿਨ੍ਹਾਂ ਨੂੰ ਕਿ ਪੁਲਿਸ ਨੇ ਜੇਲ੍ਹ ਵਿੱਚ ਭੇਜਿਆ ਸੀ। ਤਾਂ ਉੱਥੇ ਸਰਬਜੀਤ ਸਿੰਘ, ਜੋ ਪਹਿਲਾਂ ਤੋਂ ਹੀ ਕਿਸੇ ਹੋਰ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਸੀ, ਉਸਨੇ 2018 ਦੇ ਵਿੱਚ ਜੇਲ੍ਹ ਦੇ ਅੰਦਰ ਇਹਨਾਂ ਆਰੋਪੀਆਂ ਦੇ ਗੁੱਟ ਵੱਢ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਹਨਾਂ ਦਾ ਸੌਦਾ ਲਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਵੱਲੋਂ ਇਸ ਵਿਅਕਤੀ ਦੇ ਖਿਲਾਫ ਵਾਰੰਟ ਜਾਰੀ ਹੋਏ ਨੇ, ਜਿਸ ਤੋਂ ਬਾਅਦ ਹੁਣ ਇਹ ਵਾਂਟਡ ਵਿਅਕਤੀ ਖੁਦ ਢੋਲ ਦੀ ਥਾਪ ਦੇ ਉੱਪਰ ਭੰਗੜਾ ਪਾਉਂਦੇ ਹੋਏ ਆਪਣੀ ਗ੍ਰਿਫਤਾਰੀ ਦੇਣ ਦੇ ਲਈ ਪਹੁੰਚਿਆ, ਪਰ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮਦਵਾਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾ ਦਿੱਤਾ ਸੀ ਉਹਨਾਂ ਨੂੰ, ਅਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣ ਆਇਆ ਜੀ। ਜੀ ਆਪ ਹੀ ਆਇਆ ਜੀ। ਹਾਂਜੀ, ਛਾਪੇਮਾਰੀ ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਾਰੰਟ ਹੋਏ ਸੀ ਅਤੇ ਮੈਂ ਆਪ ਪੇਸ਼ ਹੋਣਾ ਆਇਆ ਜੀ। ਕੁਛ ਨੀ, ਮਨ ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਕੋਈ ਪਛਤਾਵਾ ਨਹੀਂ? ਪਛਤਾਵਾ ਕਰਦਾ ਕੋਈ ਪਛਤਾਵਾ ਨਹੀਂ, ਪਰ ਵੇਖਿਆ ਢੋਲ ਦੇ ਡਗੇ ਤੇ ਤੁਸੀਂ? ਹਾਂ, ਕੋਈ ਗੱਲ ਨਹੀਂ। ਹਾਂਜੀ, ਕੇਸ ਚ ਲੋੜੀਂਦਾ ਵਿਅਕਤੀ ਖੁਦ ਹੀ ਪਹੁੰਚਿਆ ਥਾਣੇ, ਢੋਲ ਦੀ ਥਾਪ ਤੇ ਪਾਏ ਭੰਗੜੇ, ਖੁਦ ਨੂੰ ਦੱਸ ਰਿਹਾ ਬੇਅਦਬੀ ਕਰਨ ਵਾਲੇ ਦਾ ਕਾਤਲ। 2018 ਜੇਲ੍ਹ ਚ ਲਾਇਆ ਸੀ ਬੇਅਦਬੀ ਕਰਨ ਵਾਲੇ ਦਾ ਸੌਦਾ। ਪੰਜਾਬ ਚ 2016 ਦੇ ਵਿੱਚ ਬਹੁਤ ਸਾਰੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਖਿਲਾਫ ਧਾਰਾ 295A ਦੇ ਤਹਿਤ ਮਾਮਲੇ ਦਰਜ ਕਰ ਉਹਨਾਂ ਨੂੰ ਜੇਲ੍ਹ ਭਿਜਵਾ ਦਿੱਤਾ ਸੀ। ਇਸੇ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਹ ਬੇਅਦਬੀ 3 ਲੋਕਾਂ ਨੇ ਕੀਤੀ ਸੀ, ਜਿਨ੍ਹਾਂ ਨੂੰ ਕਿ ਪੁਲਿਸ ਨੇ ਜੇਲ੍ਹ ਵਿੱਚ ਭੇਜਿਆ ਸੀ। ਤਾਂ ਉੱਥੇ ਸਰਬਜੀਤ ਸਿੰਘ, ਜੋ ਪਹਿਲਾਂ ਤੋਂ ਹੀ ਕਿਸੇ ਹੋਰ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਸੀ, ਉਸਨੇ 2018 ਦੇ ਵਿੱਚ ਜੇਲ੍ਹ ਦੇ ਅੰਦਰ ਇਹਨਾਂ ਆਰੋਪੀਆਂ ਦੇ ਗੁੱਟ ਵੱਢ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਹਨਾਂ ਦਾ ਸੌਦਾ ਲਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਵੱਲੋਂ ਇਸ ਵਿਅਕਤੀ ਦੇ ਖਿਲਾਫ ਵਾਰੰਟ ਜਾਰੀ ਹੋਏ ਨੇ, ਜਿਸ ਤੋਂ ਬਾਅਦ ਹੁਣ ਇਹ ਵਾਂਟਡ ਵਿਅਕਤੀ
ਖੁਦ ਢੋਲ ਦੀ ਥਾਪ ਦੇ ਉੱਪਰ ਭੰਗੜਾ ਪਾਉਂਦੇ ਹੋਏ ਆਪਣੀ ਗ੍ਰਿਫਤਾਰੀ ਦੇਣ ਦੇ ਲਈ ਪਹੁੰਚਿਆ, ਪਰ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਰਾਮਦਵਾਲੀ ਮੁਸਲਮਾਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਲੋਕਾਂ ਨੇ, ਅਤੇ ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾਤਾ ਸੀ ਉਹਨਾਂ ਨੂੰ, ਅਤੇ ਉਹਦੇ ਵਾਰੰਟ ਹੋਏ। ਉਸ ਕੇਸ ਦੇ ਵਿੱਚ ਮੈਂ ਅਰੈਸਟ ਹੋਣਾ ਆਇਆ ਜੀ ਤੁਸੀਂ ਆਪ ਅਰੈਸਟ ਹੋਣ ਆਏ ਜੀ? ਨਹੀਂ, ਆਪ ਹੀ ਆਇਆ ਜੀ। ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ? ਛਾਪੇਮਾਰੀ ਕੀ ਕਰਨੀ ਸੀ, ਮੇਰੇ ਵਾਰੰਟ ਹੋਏ ਸੀ ਅਤੇ ਮੈਂ ਆਪ ਪੇਸ਼ ਹੋਣਾ ਆਇਆ ਜੀ। ਕੁਛ ਨੀ, ਮਨ ਚ ਕੀ ਆਉਣਾ, ਮੈਂ ਆਪਣੇ ਗੁਰੂ ਲਈ ਜਾ ਰਿਹਾ ਜੀ ਅੰਦਰ। ਠੀਕ ਹੈ, ਕੋਈ ਪਛਤਾਵਾ? ਨਹੀਂ, ਪਛਤਾਵਾ ਕਰਦਾ ਕੋਈ ਪਛਤਾਵਾ ਨਹੀਂ। ਵੇਖਿਆ ਢੋਲ ਦੇ ਡਗੇ ਤੇ ਤੁਸੀਂ? ਹਾਂ, ਕੋਈ ਗੱਲ ਨਹੀਂ। ਹਾਂਜੀ, ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਬੰਦਾ ਆਪਣੇ ਗੁਰੂ ਲਈ ਜਾ ਰਿਹਾ? ਮੈਂ ਆਪਣੇ ਗੁਰੂ ਲਈ ਜਾ ਰਿਹਾ, ਮਨ 'ਚ ਖੁਸ਼ੀ ਹੈ ਬਸ।